ਤੋਂ ਬਾਅਦ ਇਸ ਤਰ੍ਹਾਂ ਦੀ ਗਲਤੀ ਕਰੇਂਗੇ ਕਿ ਨਹੀਂ ਕਰੇਂਗੇ? ਤੇਰੀ ਗਲਤੀ ਹੈ ਨਾ ਵੱਡੀ, ਜਾਨਵਰ ਬਾਰੇ ਨਹੀਂ ਸੋਚਿਆ ਨਾ ਤੂੰ? ਉਹ ਜੇ ਬੋਲਦਾ ਨਹੀਂ, ਤੁਹਾਨੂੰ ਦੱਸ ਨਹੀਂ ਸਕਦਾ, ਉਹ ਅੰਦਰ ਤਾਂ ਬੋਲਦਾ ਨਾ ਹੋਗਾ, ਜਾਨਵਰ ਕੋਲੇ ਖੜਾ ਹੋਵੇ ਕੀ ਕੁਝ ਹੁੰਦਾ ਤੇ ਕਦੇ ਦੇਖਿਆ ਤੂੰ? ਜੇ ਤੇਰੇ ਤੇ ਇੱਕ ਪੈਪ ਲੱਦ ਕੇ ਉੱਥੋਂ ਤੱਕ, ਤੈਨੂੰ ਮੈਂ ਕਿਹਾ ਸੀ ਚੱਕ ਕੇ ਉੱਥੋਂ ਤੱਕ ਜਾਏ, ਤੇਰੇ ਚੱਕੀ ਨਹੀਂ ਮਿਲੀ ਇੱਕ ਪੈਪ ਦੀ, ਫਿਰ ਉਹਦੇ ਬਾਰੇ ਤੂੰ ਕੀ ਸੋਚਿਆ? ਖੜਾ ਨਹੀਂ, ਮਤਲਬ ਕਿਉਂ ਕਿਉਂ ਨਹੀਂ ਪਹਿਲਾਂ ਸੋਚਿਆ? ਅੱਜ ਤੋਂ ਬਾਅਦ ਗਰਮੀ ਕਿੰਨੀ ਹੈ, ਕਿੰਨੇ ਵਾਰੀ ਪਾਣੀ ਪਿਆ ਤੂੰ ਰਾਹ ਦਾ, ਪਾਣੀ ਪਿਆ ਇਹਨੂੰ? ਬਿਲਕੁਲ ਨਹੀਂ ਪਿਆ, ਇੱਥੇ ਅਸੀਂ ਪਾਰਟੀ ਪਾਣੀ ਪਾਣੀ ਪਿਆ। ਬੰਦਿਆਂ ਦੇ ਕੰਮ ਕਰੋ, ਜਾਨਵਰਾਂ ਵਾਲੇ ਨਾ ਕਿ ਤੁਸੀਂ ਜਾਨਵਰ ਤੁਸੀਂ ਨਾ ਬੰਦੇ ਉਹ ਆ। ਹਾਂ ਆਦਮੀ ਫਿਰ ਮਤਲਬ ਉਹਨਾਂ ਜਾਨਵਰਾਂ ਦੇ ਸੋਚੋ ਨਾ। ਇਹ ਵਜ਼ਨ 10 ਜਿਹੜਾ ਪਾਇਆ ਬੇਜਵਾਨ ਹੈ ਜਿਹੜਾ ਆਪਣੇ ਜਾਨਵਰ ਬੋਲਦਾ ਨਹੀਂ ਕਹਿੰਦੇ, ਇੰਨਾ ਵਜ਼ਨ ਪਾਉਣਾ ਥੱਲੇ ਖੜ ਜਾ ਹੁਣ ਇੱਕ ਟੱਕੇ ਚੁਕਾ ਕੇ ਤੁਹਾਨੂੰ ਪਹਿਲਾਂ ਗਲਤੀ ਹੈ ਕਿ ਨਹੀਂ? ਬਾਲ ਬੱਚੇ ਪਾਲਦੇ ਆ ਪਰ ਉਹਦੀ ਜਾਨ ਕੱਟਣੀ ਤਾਂ ਨਹੀਂ, ਹੁਣ ਕੀ ਦੱਸੂ ਪਾਲਦਾ ਕਿਉਂ ਗਲਤੀ ਹੈ? ਇੰਨੇ ਇੰਨਾ ਵਜ਼ਨ ਜਿਹੜਾ ਪਿਆ ਇੰਨਾ ਕਿਆ ਦੱਸਿਆ? ਇਹ ਇੱਧਰੋਂ ਆ ਰਿਹਾ ਸੀ, ਇਹ ਕਹਿੰਦਾ ਮੈਂ ਬਲੌਂਗੀ ਵਾਲੇ ਪਾਸੋਂ ਆਇਆ, ਜਾਣਾ ਪਿੰਡ ਚਨਾਲੋ ਹੈ, ਪਰ ਜਦੋਂ ਦੇਖਿਆ ਜੋ ਇੱਕ ਜਾਨਵਰ ਹੈ ਜੋ ਜਿਹਦੇ ਉੱਤੇ ਦਿਨ ਕਿ ਰੇਹੜੀ 'ਤੇ ਲੱਦਿਆ ਹੋਇਆ ਸੀ, ਬਹੁਤ ਉਹਦੀਆਂ ਲੱਤਾਂ ਕੰਬ ਰਹੀਆਂ ਸੀ, ਅਤੇ ਜੇ ਪੇਟ ਥਰਕਾ ਰਿਹਾ ਸੀ ਵੀ ਉਹ ਇੰਨੀ ਮਤਲਬ ਕਿ ਬੇਰਹਿਮੀ ਨਾਲ ਇਹ ਜੋ ਇਨਸਾਨ ਉਹਨੂੰ ਲਿਆ ਰਿਹਾ ਸੀ। ਅਸੀਂ ਦੇਖਿਆ ਵਜ਼ਨ ਬਹੁਤ ਜ਼ਿਆਦਾ ਸੀ, ਇਹ ਕਹਿੰਦਾ ਵੀ 9 ਕੁਇੰਟਲ ਆ, ਕਹਿੰਦਾ ਇਹਦੇ ਵਜ਼ਨ, ਪਰ ਮੇਰੇ ਹਿਸਾਬ ਦੇ ਮੁਤਾਬਕ 9 ਕੁਇੰਟਲ ਤੋਂ ਉੱਪਰ ਹੋਊਗਾ। ਜਦੋਂ ਅਸੀਂ ਉਹਨੂੰ ਰੋਕ ਕੇ ਪਹਿਲਾਂ ਤਾਂ ਸਰੀਆ ਇਹਨਾਂ ਦਾ ਜੋ ਇਹ ਪਾਈਪਾਂ ਲਵਾਈਆਂ, ਉਸ ਤੋਂ ਬਾਅਦ ਇਹਦੇ ਨਾਲ ਕਿਹਾ ਇਹਨੂੰ ਪਾਣੀ ਪਿਆਇਆ, ਕੋਈ ਨਾ ਕੋਈ ਉਹਨੂੰ ਸਾਹ ਆਇਆ। ਇਹ ਇਨਸਾਨੀਅਤ ਦਾ ਕੰਮ ਨਹੀਂ ਇਹਦੇ ਨਾਲ ਕਿਹਾ, ਇੰਨੇ ਬੇਜਵਾਨ ਜਾਨਵਰ ਦੇ ਵੀ ਇੰਨੀ ਤੰਗੀ ਨਾ ਇਹਨੂੰ, ਇਹ ਉਹਦੇ ਬਾਰੇ ਸੋਚ ਹੀ ਨਹੀਂ ਰਿਹਾ ਜਾਨਵਰ ਬਾਰੇ। ਹੁਣ ਕੀ ਕਾਰਵਾਈ ਹੋ ਰਹੀ ਹੈ ਇਹਨਾਂ ਨੂੰ? ਕਾਰਵਾਈ ਇਹ ਹੈ, ਦੇਖਦੇ ਹਾਂ ਵੀ ਇਹਦੇ ਨਾਲ ਜੋ ਇਹਨਾਂ ਰਿਲੇਟਡ ਹੈ ਵੀ ਉਹਨੂੰ ਬੁਲਾ ਕੇ ਇਹਨਾਂ ਵੀ ਜਾਨਵਰ ਨੂੰ ਇੰਨੀ ਤੰਗੀ ਕਰ ਸਕਦੇ ਹੈ, ਨਹੀਂ ਕਰ ਸਕਦੇ ਹੈ, ਅਤੇ ਮਾਲਕ ਜਿਹਨੇ ਲਦਵਾਇਆ ਹੈ ਉਹਨੂੰ ਪੁੱਛਦੇ ਹਾਂ ਵੀ ਕਿਉਂ ਇਹਦੇ ਇੰਨਾ ਲਦਵਾਇਆ, ਵੀ ਇਹਨੇ ਲੱਦ ਕੇ ਕਿਉਂ ਇਹਨੂੰ ਤੋਰਿਆ, ਵੀ ਆ ਇਹਨੂੰ ਕਿਉਂ ਨਹੀਂ ਇਹਨਾਂ ਕਿ ਛੋਟਾ ਮੋਟਾ, ਚੱਲ ਜਾਨਵਰ ਅਸੀਂ ਕਹਿੰਦੇ ਹਾਂ ਵੀ ਇਹ ਬਣੇ ਹੋਏ ਆ ਇਹਨਾਂ 'ਤੇ ਲਿਜਾਂਦੇ ਆ, ਪਰ ਕੁਛ ਰੂਲ ਮੁਤਾਬਕ ਅਸੂਲ ਮੁਤਾਬਕ ਜਾਨਵਰਾਂ ਦੇਖਦੇ ਮੁਤਾਬਕ ਉਹਨਾਂ ਕੀ ਵਜ਼ਨ ਪਾਉਣਾ ਚਾਹੀਦਾ ਜਿੰਨਾ ਝੱਲ ਸਕਣ। ਗਰਮੀ ਇਹਨਾਂ ਦੇ 45 ਤੋਂ 50 ਟੈਂਪਰੇਚਰ ਦੇ ਵਿੱਚ ਹੈ, ਜਾਨਵਰ ਤਾਂ ਆਪਾਂ ਤੋਂ ਖੜਿਆ ਨਹੀਂ ਜਾਂਦਾ, ਜਾਨਵਰ ਤਾਂ ਇੰਨਾ ਲੱਦ ਕੇ ਲਿਜਾ ਰਿਹਾ ਤਾਂ ਵੀ ਉਹ ਕੋਈ ਖੜ੍ਹ ਸਕਦਾ? ਇਹ ਨਹੀਂ ਕੋਈ ਸੋਚਣ ਸਮਝਣ ਵਾਲੀਆਂ ਗੱਲਾਂ, ਵੀ ਇਹਨੂੰ ਜਾਨਵਰਾਂ ਬਾਰੇ ਵੀ ਸੋਚੋ ਆਪਾਂ ਹਮੇਸ਼ਾ ਆਪਦੇ ਮਤਲਬ ਹਰੇਕ ਟਾਈਪ ਠੀਕ ਹੈ ਸਾਡੀ ਜ਼ਿੰਮੇਵਾਰੀ, ਪਰ ਅਸੀਂ ਜਾਨਵਰਾਂ ਬਾਰੇ ਵੀ ਸਾਨੂੰ ਸੋਚ ਆਈ ਵੀ ਇਹ ਵੇਖਣਾ ਚਾਹੀਦਾ।